कर लो यार ड्राइवरी दे आ चेक करो उधर भी यो बस हो जे नाल ही जा करो पिछा अरे सिमर इत्थों कर लो कर के कहां ले आ रहे प्रशासन का हाल वेख लो एक आटो आया आटो के बॉडी खड़न कह दे चार घंटे के डिका दे अपने सरकारी एम्बुलेंस अगे फोन भाई अं कि कर लागे साढ़े को करना कि अना ਗੱਡੀ ਧਵਾ ਰਿਹਾ ਸੀ ਤੇ ਬੱਸ ਇਧਰੋਂ ਲੜਕਿਆ ਤੇ ਲੜਕੀ ਸੀ ਕਿਹੜੀ ਜਗ੍ਹਾ ਤੇ ਸਰ ਆ ਬੇਰਕਾ ਚੌਂਕ ਅਮਨ ਵਾਸ਼ੀ ਵਾਲਾ ਪਿੰਡ ਹੈ ਜੀ ਠੀਕ ਹੈ ਜੀ ਮੈਂ ਇੱਥੇ ਆਪਾਂ ਗੱਡੀ ਧਵਾ ਰਹੇ ਸੀ ਇਧਰੋਂ ਆ ਰਹੇ ਸੀ ਇਹ ਦੋਨੇ ਜਣੇ ਸਾਈਡ ਤੇ ਸੀ ਆਪਣੀ ਤੇ ਬੱਸ ਆਈ ਬੱਸ ਨੇ ਇੱਕਦਮ ਉਹਨੂੰ ਸਾਈਡ ਮਾਰੀ ਉਹ ਲੜਕੀ ਜਿਹੜੀ ਪਰਲੇ ਪਾਸੇ ਡਿੱਗੀ ਤੇ ਲੜਕਾ ਉਰਲੇ ਪਾਸੇ ਉਹਦੇ ਚੱਕੇ ਦੇ ਡਿੱਗ ਗਿਆ ਉਹ ਨਾਲ ਹੀ ਮੌਕੇ ਤੇ ਹੀ ਉਹਦੇ ਮਤਲਬ ਉਹ ਮੌਕੇ ਤੇ ਫਰਾਰ ਹੋ ਗਿਆ ਜੀ ਕਿਹੜੀ ਬੱਸ ਹੈ ਜੀ ਇਹ APTC ਵਾਲਿਆਂ ਦੀ ਹੈ ਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਜੀ ਸਾਨੂੰ ਇਨਸਾਫ ਮਿਲੇ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਉਮਰ 17 ਸਾਲ ਹੈ 16 17 ਸਾਲ ਦਾ ਹੈ ਇਨਸਾਫ ਚਾਹੀਦਾ ਸਾਨੂੰ ਜੋ ਵੀ ਹੈ ਜੀ ਕੀ ਨਾਂ ਕੀ ਆਪਣਾ ਗਿਆਨ ਸਿੰਘ ਕੀ ਅੱਜ ਵਾਕਿਆ ਕੀ ਹੋਇਆ ਜਰਾ ਚੇ ਅੱਜ ਵਾਕਿਆ ਅਸੀਂ ਤਾਂ ਜਿਗੇ ਹੋ ਗਏ ਸਾਨੂੰ ਇਹ ਬੱਚਿਆਂ ਨੇ ਆ ਮੁੰਡਾ ਇੱਥੇ ਮੌਕੇ ਤੇ ਆ ਰਹੀ ਸੀ ਨਾ ਅੱਛਾ ਜੀ ਕੀ ਮੰਗ ਕੀ ਕਰਦੇ ਮੰਗ ਅਸੀਂ ਕੀ ਕਰਨੀ ਹੈ ਵੀ ਉਹ ਆਣ ਕੇ ਬੰਦੇ ਤਾਂ ਮਿਲਣ ਸਾਨੂੰ ਮਾਸ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਜੀ ਸਾਫ ਮੌਕੇ ਦਾ ਫਰਾਰ ਹੋ ਗਿਆ ਦੌੜ ਗਿਆ ਮੌਕੇ ਤੇ ਦੌੜ ਗਿਆ ਦੌੜ ਗਿਆ ਸੀ ਮੌਕੇ ਦੇ ਉਹ ਸਾਨੂੰ ਇੱਥੇ ਮੌਕੇ ਤੇ ਪਹੁੰਚਿਆ ਵਾਂ ਸਾਨੂੰ ਮੌਕੇ ਦੇ ਵੇਖਣ ਦੇ ਬਜਾਏ ਅੱਗੇ ਸਾਡਾ ਐਕਸੀਡੈਂਟ ਹੋਇਆ ਅਸੀਂ ਬੱਸ ਦੇ ਥੱਲੇ ਬੰਦਾ ਦਿੱਤਾ ਵਾ ਉਹਨੂੰ ਵੇਖਣ ਦੀ ਬਜਾਏ ਅਗਲੇ ਛੱਡ ਕੇ ਬੱਸ ਭੱਜ ਗਏ ਆ ਤੇ ਸਾਡੀ ਇਹ 4 ਘੰਟੇ ਹੋ ਗਏ ਇੱਥੇ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਕੀ ਕਰਦੇ ਮੰਗ ਸਾਨੂੰ ਇਨਸਾਫ ਮਿਲੇ ਡਰਾਈਵਰ ਇੱਥੇ ਸਦੋ ਡਰਾਈਵਰ ਕੋ ਭੱਜ ਗਿਆ ਮਾਲਕ ਨੂੰ ਹੋਏ ਤੱਕ ਨਹੀਂ ਪਤਾ ਨਾ ਮਾਲਕ ਨੇ ਕੋਈ ਕਾਲ ਕੀਤੀ ਕਿਸੇ ਨੂੰ ਕੀ ਗੱਲ ਨਹੀਂ ਆ ਬੱਚੇ ਦੀ ਉਮਰ ਕਿੰਨੀ ਸੀ 17 ਸਾਲ ਕਿੱਥੋਂ ਦੇ ਰਹਿਣ ਵਾਲੇ ਜੀ ਵੇਖਾਂ ਇੱਥੇ ਇੱਕ ਅਵੇਰਕਾ ਚੌਂਕ ਦੇ ਕੋਲ ਦੋ ਬੱਚੇ ਜਾ ਰਹੇ ਸੀ ਪੜ੍ਹ ਕੇ ਉਹਨਾਂ ਨੂੰ ਆ ਬੱਸ ਨੇ ਮਗਰੋਂ ਹਿੱਟ ਕੀਤਾ ਵਾ ਜਿੱਥੇ ਇੱਕ ਬੱਚੇ ਦੀ ਡੈਥ ਹੋ ਗਈ ਆ ਅਤੇ ਉੱਥੇ ਮੌਕੇ 'ਤੇ ਆਏ ਆ ਦੂਜਾ ਬੱਚਾ ਜਿਹੜਾ ਜ਼ਖਮੀ ਆ ਉਹ ਆ ਕੇ ਹੁਣ ਘਰਦਿਆਂ ਦੇ ਬਿਆਨ ਲੈ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜਿਹੜਾ ਡਰਾਈਵਰ ਭੱਜ ਗਿਆ ਜੀ ਮੌਕੇ ਕਿਹੜੀ ਬੱਸ ਹੈ APTC ਦੀ ਬੱਸ ਹੈ